ਸਿਟੀ ਵੀ ਮੈਂ ਹਰਜਿੰਦਰ ਸਿੰਘ ਗੁਰਾਇਆ। ਇਸ ਮੌਕੇ ਮੌਜੂਦ ਹਾਂ ਜੀ ਆਪਾਂ ਸਰਹੱਦੀ ਪਿੰਡ ਹਲਕਾ ਦੀਨਨਗਰ ਅਧੀਨ ਪਿੰਡ ਦੇ ਥਾਣਾ ਬ੍ਰਹਮਪੁਰ ਦਾ ਜਾਗੋ ਚੱਕ ਟਾਂਡਾ ਵਿਖੇ, ਜਿੱਥੇ ਇੱਕ ਕੀ ਹੋਇਆ ਵੀ ਇੱਥੇ ਕੁਝ ਪਿੰਡ ਦਾ ਹੀ ਇੱਕ ਨੌਜਵਾਨ ਵਿਅਕਤੀ ਸੀ ਜਿਹੜਾ ਦੱਸਿਆ ਜਾ ਰਿਹਾ ਲੋਕਾਂ ਪਿੰਡ ਦੇ ਲੋਕਾਂ ਦੇ ਮੁਤਾਬਕ ਨਸ਼ੇ ਦਾ ਵੀ ਆਦੀ ਆ, ਜਿਸ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਜਿਹੜੀ ਆ ਸ਼ੀਸ਼ੇ ਤੋੜ ਕੇ ਗੁਰਦੁਆਰਾ ਸਾਹਿਬ ਦੀ ਚੋਰੀ ਕੀਤੀ ਗਈ ਆ ਔਰ ਸਮੇਤ ਜੁੱਤੀਆਂ ਦੇ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਣ ਦਾ ਵੀ ਮਾਮਲਾ ਸਾਹਮਣੇ ਆਇਆ ਹੈ, ਜਿਸ ਦੇ ਕਾਰਨ ਲੋਕਾਂ ਵਿੱਚ ਹੀ ਕੈਦ ਹੋਈ ਆ। ਇਸ ਮੌਕੇ ਮੇਰੇ ਨਾਲ ਪ੍ਰਧਾਨ ਨੇ ਗੁਰਦੁਆਰਾ ਸਾਹਿਬ ਦੇ, ਹਾਂਜੀ ਪ੍ਰਧਾਨ ਜੀ ਕੀ ਨਾਂ ਆਪਣਾ ਜੀ? ਨਹੀਂ ਮਾਂ ਪਿਓ ਇਹਦਾ ਆਪਣੇ ਨਗਰ ਚ ਹੀ ਰਹਿੰਦਾ ਤੇ ਬਾਕੀ ਜਿਹੜਾ ਇਹ ਆਪਣੇ ਪਰਿਵਾਰ ਨਾਲ ਗੋਤਾ ਰਹਿ ਰਿਹਾ ਸੀ। ਹੁਣ ਪ੍ਰਸ਼ਾਸਨ ਕੋਲ ਕੀ ਮੰਗ ਕਰਦੇ ਤੁਸੀਂ? ਪ੍ਰਸ਼ਾਸਨ ਕੋਲ ਅਸੀਂ ਵਾਰ ਵਾਰ ਇਹੋ ਹੀ ਮੰਗ ਕਰਦੇ ਆ ਜੀ, ਸਾਡਾ ਪਿੰਡ ਕਾਫੀ ਚੋਰੀਆਂ ਸਾਡੇ ਪਿੰਡ ਚ ਹੋ ਰਹੀਆਂ ਨੇ। ਮੁੱਖ ਦੀ ਗੱਲ ਇਹੋ ਸੀ ਸਾਰੇ ਚੁੱਪ ਬੈਠੇ ਸਨ ਕਿ ਪ੍ਰੂਫ ਕੋਈ ਨਹੀਂ, ਪਰ ਇਸ ਵਾਰ ਪ੍ਰੂਫ ਹੱਥ ਲੱਗਿਆ। ਇਸ ਕਰਕੇ ਸਾਡੀ ਇਹੋ ਹੀ ਬੇਨਤੀ ਹੈ ਜੀ ਪ੍ਰਸ਼ਾਸਨ ਨੂੰ ਖਾਸ ਕਰਕੇ ਕਿ ਇਹਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਏ ਤਾਂ ਕਿ ਪਿੰਡ ਵਿੱਚ ਦੁਬਾਰਾ ਜਾਂ ਗੁਰੂ ਘਰ ਵਿੱਚ ਦੁਬਾਰਾ ਕੋਈ ਏਦਾਂ ਦੀ ਫਿਰ ਚੋਰੀ ਦੀ ਘਟਨਾ ਜਾਂ ਕੋਈ ਹੋਰ ਘਟਨਾ ਨਾ ਵਾਪਰੇ। ਇਹ ਸਨ ਸਾਡੇ ਨਾਲ ਗੁਰਦੁਆਰਾ ਸਿੰਘ ਸਾਹਿਬ ਦੇ ਗ੍ਰੰਥੀ ਜਿਨ੍ਹਾਂ ਵੱਲੋਂ ਸਾਰੀ ਘਟਨਾ ਸੰਬੰਧੀ ਦੱਸਿਆ ਗਿਆ ਹੈ ਔਰ ਲੋਕਾਂ ਵੱਲੋਂ ਜਿਹੜੇ ਕਮੇਟੀ ਆ ਉਹਦੇ ਵੱਲੋਂ ਇਹੋ ਮੰਗ ਕੀਤੀ ਜਾ ਰਹੀ ਆ ਵੀ ਇਸ ਵਿਅਕਤੀ ਵਿਰੁੱਧ ਜਿਹੜੀ ਸਖ਼ਤ ਤੋਂ ਸਖ਼ਤ ਕਾਰਵਾਈ ਕਰਕੇ ਇਸ ਨੂੰ ਜੇਲ੍ਹ ਦੇ ਵਿੱਚ ਸਲਾਖਾਂ ਪਿੱਛੇ ਖੜਦੀ ਹੈ। ਕੈਮਰਾਮੈਨ ਕੁਲਨੂਰ ਦੇ ਨਾਲ ਹਰਜਿੰਦਰ ਸਿੰਘ ਗੁਰਾਇਆ, ਜਗਬਾਣੀ ਟੀਵੀ ਦੀਨਾਨਗਰ ਗੁਰਦਾਸਪੁਰ। ਤੁਸੀਂ ਵੇਖ ਰਹੇ ਹੋ ਜਗਬਾਣੀ ਟੀਵੀ, ਮੈਂ ਹਰਜਿੰਦਰ ਸਿੰਘ ਗੁਰਾਇਆ। ਇਸ ਮੌਕੇ ਮੌਜੂਦ ਹਾਂ ਜੀ ਆਪਾਂ ਸਰਹੱਦੀ ਪਿੰਡ ਹਲਕਾ ਦੀਨਨਗਰ ਅਧੀਨ ਪਿੰਡ ਦੇ ਥਾਣਾ ਬ੍ਰਹਮਪੁਰ ਦਾ ਜਾਗੋ ਚੱਕ ਟਾਂਡਾ ਵਿਖੇ, ਜਿੱਥੇ ਇੱਕ ਕੀ ਹੋਇਆ ਵੀ ਇੱਥੇ ਕੁਝ ਪਿੰਡ ਦਾ ਹੀ ਇੱਕ ਨੌਜਵਾਨ ਵਿਅਕਤੀ ਸੀ ਜਿਹੜਾ ਦੱਸਿਆ ਜਾ ਰਿਹਾ ਲੋਕਾਂ ਪਿੰਡ ਦੇ ਲੋਕਾਂ ਦੇ ਮੁਤਾਬਕ ਨਸ਼ੇ ਦਾ ਵੀ ਆਦੀ ਆ, ਜਿਸ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਜਿਹੜੀ ਆ ਸ਼ੀਸ਼ੇ ਤੋੜ ਕੇ ਗੁਰਦੁਆਰਾ ਸਾਹਿਬ ਦੀ ਚੋਰੀ ਕੀਤੀ ਗਈ ਆ ਔਰ ਸਮੇਤ ਜੁੱਤੀਆਂ ਦੇ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਣ ਦਾ ਵੀ ਮਾਮਲਾ ਸਾਹਮਣੇ ਆਇਆ ਹੈ, ਜਿਸ ਦੇ ਕਾਰਨ ਲੋਕਾਂ ਵਿੱਚ ਹੀ ਕੈਦ ਹੋਈ ਆ। ਇਸ ਮੌਕੇ ਮੇਰੇ ਨਾਲ ਪ੍ਰਧਾਨ ਨੇ ਗੁਰਦੁਆਰਾ ਸਾਹਿਬ ਦੇ, ਹਾਂਜੀ ਪ੍ਰਧਾਨ ਜੀ ਕੀ ਨਾਂ ਆਪਣਾ ਜੀ? ਨਹੀਂ ਮਾਂ ਪਿਓ ਇਹਦਾ ਆਪਣੇ ਨਗਰ ਚ ਹੀ ਰਹਿੰਦਾ ਤੇ ਬਾਕੀ ਜਿਹੜਾ ਇਹ ਆਪਣੇ ਪਰਿਵਾਰ ਨਾਲ ਗੋਤਾ ਰਹਿ ਰਿਹਾ ਸੀ। ਹੁਣ ਪ੍ਰਸ਼ਾਸਨ ਕੋਲ ਕੀ ਮੰਗ ਕਰਦੇ ਤੁਸੀਂ? ਪ੍ਰਸ਼ਾਸਨ ਕੋਲ ਅਸੀਂ ਵਾਰ ਵਾਰ ਇਹੋ ਹੀ ਮੰਗ ਕਰਦੇ ਆ ਜੀ, ਸਾਡਾ ਪਿੰਡ ਕਾਫੀ ਚੋਰੀਆਂ ਸਾਡੇ ਪਿੰਡ ਚ ਹੋ ਰਹੀਆਂ ਨੇ। ਮੁੱਖ ਦੀ ਗੱਲ ਇਹੋ ਸੀ ਸਾਰੇ ਚੁੱਪ ਬੈਠੇ ਸਨ ਕਿ ਪ੍ਰੂਫ ਕੋਈ ਨਹੀਂ, ਪਰ ਇਸ ਵਾਰ ਪ੍ਰੂਫ ਹੱਥ ਲੱਗਿਆ। ਇਸ ਕਰਕੇ ਸਾਡੀ ਇਹੋ ਹੀ ਬੇਨਤੀ ਹੈ ਜੀ ਪ੍ਰਸ਼ਾਸਨ ਨੂੰ ਖਾਸ ਕਰਕੇ ਕਿ ਇਹਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਏ ਤਾਂ ਕਿ ਪਿੰਡ ਵਿੱਚ ਦੁਬਾਰਾ ਜਾਂ ਗੁਰੂ ਘਰ ਵਿੱਚ ਦੁਬਾਰਾ ਕੋਈ ਏਦਾਂ ਦੀ ਫਿਰ ਚੋਰੀ ਦੀ ਘਟਨਾ ਜਾਂ ਕੋਈ ਹੋਰ ਘਟਨਾ ਨਾ ਵਾਪਰੇ। ਇਹ ਸਨ ਸਾਡੇ ਨਾਲ ਗੁਰਦੁਆਰਾ ਸਿੰਘ ਸਾਹਿਬ ਦੇ ਗ੍ਰੰਥੀ ਜਿਨ੍ਹਾਂ ਵੱਲੋਂ ਸਾਰੀ ਘਟਨਾ ਸੰਬੰਧੀ ਦੱਸਿਆ ਗਿਆ ਹੈ ਔਰ ਲੋਕਾਂ ਵੱਲੋਂ ਜਿਹੜੇ ਕਮੇਟੀ ਆ ਉਹਦੇ ਵੱਲੋਂ ਇਹੋ ਮੰਗ ਕੀਤੀ ਜਾ ਰਹੀ ਆ ਵੀ ਇਸ ਵਿਅਕਤੀ ਵਿਰੁੱਧ ਜਿਹੜੀ ਸਖ਼ਤ ਤੋਂ ਸਖ਼ਤ ਕਾਰਵਾਈ ਕਰਕੇ ਇਸ ਨੂੰ ਜੇਲ੍ਹ ਦੇ ਵਿੱਚ ਸਲਾਖਾਂ ਪਿੱਛੇ ਖੜਦੀ ਹੈ। ਕੈਮਰਾਮੈਨ ਕੁਲਨੂਰ ਦੇ ਨਾਲ ਹਰਜਿੰਦਰ ਸਿੰਘ ਗੁਰਾਇਆ, ਜਗਬਾਣੀ ਟੀਵੀ ਦੀਨਾਨਗਰ ਗੁਰਦਾਸਪੁਰ।